ਹਾਂਜੀ ਦੋਸਤੋ, ਹੁਣੇ ਨਾ ਇੱਕ ਘਟਨਾ ਹੋਈ ਹੈ ਗੀਤਾਂਜਲੀ ਇਨਕਲੇਵ ਦੇ ਅੰਦਰ। ਕੋਈ ਲੇਡੀਜ਼, ਦੋ ਲੇਡੀਜ਼ ਅਤੇ ਇੱਕ ਬੰਦਾ ਕਾਰ ਦੇ ਅੰਦਰ ਆਉਂਦੇ ਹੈ ਅਤੇ ਅੰਕਲ ਜੀ ਨੂੰ ਬੁਲਾਉਂਦੇ ਹੈ ਜ਼ਬਰਦਸਤੀ, ਵੀ ਅਸੀਂ ਤੁਹਾਡੇ ਰਿਸ਼ਤੇਦਾਰ ਹਾਂ, ਜੇ ਵੋ ਉੱਥੇ ਕੰਮ ਕਰਦੇ ਸੀ, ਐਂ ਕਰਕੇ ਕਿਹਾ ਅਤੇ ਇਹਨਾਂ ਦੇ ਹੱਥ 'ਚੋਂ ਕੜਾ ਖੋ ਕੇ ਅਤੇ ਫਟਾਫਟ ਸਪੀਡ 'ਚ ਇੱਥੋਂ, ਯਾਨੀ ਕਿ ਆਹ ਜਿਹੜੀ ਜਗ੍ਹਾ ਹੈ ਇੱਥੋਂ ਕਾਰ ਭਜਾ ਕੇ ਲੈ ਜਾਂਦੇ ਹੈ ਅਤੇ ਉਹ ਸਿੱਧਾ ਨਿਕਲ ਜਾਂਦੇ ਅੱਗੇ। ਉਹ ਸ਼ਾਇਦ ਇੱਕ ਦੋ ਕੈਮਰੇ ਦੇ ਵਿੱਚ ਆਏ ਹੋਣਗੇ, ਉਹ ਕੋਸ਼ਿਸ਼ ਕਰਦੇ ਆ, ਪੁਲਿਸ ਨੂੰ ਵੀ ਇਨਫੋਰਮ ਕੀਤਾ ਹੈ। ਕਾਰ 'ਚ ਸਵਾਰ ਹੋਏ ਲੁਟੇਰਿਆਂ ਦੇ ਵੱਲੋਂ ਇੱਕ ਬਜ਼ੁਰਗ ਦੇ ਨਾਲ ਲੁੱਟ ਕੀਤੀ ਗਈ ਹੈ ਜੋ ਕਿ ਆਪਣੇ ਘਰ ਦੇ ਬਾਹਰ ਹੀ ਬੈਠਾ ਸੀ। ਦਿਨ ਦਿਹਾੜੇ ਕਾਰ ਦੇ ਵਿੱਚ ਆਏ ਇਹਨਾਂ ਲੁਟੇਰਿਆਂ ਦੇ ਵੱਲੋਂ ਬਜ਼ੁਰਗ ਦੇ ਨੇੜੇ ਆ ਕੇ ਗੱਡੀ ਰੋਕੀ ਜਾਂਦੀ ਹੈ ਅਤੇ ਫਿਰ ਬਜ਼ੁਰਗ ਨੂੰ ਆਪਣਾ ਜਾਣਕਾਰ ਦੱਸ ਕੇ ਉਸਨੂੰ ਕੋਲ ਬੁਲਾਇਆ ਜਾਂਦਾ ਹੈ। ਬਜ਼ੁਰਗ ਨੇ ਦੱਸਿਆ ਹੈ ਕਿ ਇਸ ਗੱਡੀ ਦੇ ਵਿੱਚ ਤਿੰਨ ਔਰਤਾਂ ਤੇ ਇੱਕ ਵਿਅਕਤੀ ਸਵਾਰ ਸੀ, ਜਿਨ੍ਹਾਂ ਨੇ ਬਜ਼ੁਰਗ ਨੂੰ ਗੱਲਾਂ ਵਿੱਚ ਲਾਇਆ ਅਤੇ ਬਾਅਦ ਵਿੱਚ ਉਸਦਾ ਹੱਥ 'ਚ ਪਹਿਨਿਆ ਹੋਇਆ ਸੋਨੇ ਦਾ ਕੜਾ ਲਾ ਕੇ ਫਰਾਰ ਹੋ ਗਏ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇੱਕ ਕਾਰ ਨਜ਼ਰ ਆਈ ਹੈ ਜਿਸ ਦੇ ਵਿੱਚ ਲੁਟੇਰੇ ਦੱਸੇ ਜਾ ਰਹੇ ਨੇ ਜੋ ਕਿ ਉੱਥੋਂ ਬੜੀ ਤੇਜ਼ੀ ਦੇ ਨਾਲ ਫਰਾਰ ਹੋਏ ਨੇ। ਇਹ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ। ਅਬੋਹਰ ਦੇ ਗੀਤਾਂਜਲੀ ਇਨਕਲੇਵ ਦੇ ਵਿੱਚ ਘਰ ਦੇ ਬਾਹਰ ਇਹ ਬਜ਼ੁਰਗ ਬੈਠਾ ਧੁੱਪ ਸੇਕ ਰਿਹਾ ਸੀ ਤੇ ਇਸੇ ਦੌਰਾਨ ਹੀ ਕਾਰ 'ਚ ਸਵਾਰ ਹੋਏ ਲੁਟੇਰੇ ਬਜ਼ੁਰਗ ਦੇ ਕੋਲ ਆ ਕੇ ਰੁਕਦੇ ਨੇ ਅਤੇ ਉਹਨਾਂ ਨੂੰ ਆਪਣਾ ਜਾਣਕਾਰ ਦੱਸ ਕੇ ਨੇੜੇ ਬੁਲਾਉਂਦੇ ਨੇ ਤੇ ਫਿਰ ਕੜਾ ਖੋ ਕੇ ਫਰਾਰ ਹੋ ਜਾਂਦੇ ਨੇ। ਉਧਰ ਪੁਲਿਸ ਦੇ ਵੱਲੋਂ ਵੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ। ਮੈਂ ਉਧਰ ਦੇਖਿਆ ਤੇ ਉਹ ਲੇਡੀਜ਼ ਮੈਨੂੰ ਕਹੀ ਜਾਵੇ, ਅੰਕਲ ਜੀ ਪਹਿਚਾਣਿਆ ਨਹੀਂ ਤੁਸੀਂ, ਮੈਨੂੰ ਪਹਿਚਾਣਿਆ ਨਹੀਂ, ਇਸ ਤਰ੍ਹਾਂ ਕਰਦੇ ਸੀ। ਮੈਂ ਕਿਹਾ ਵੀ ਮੈਂ ਤਾਂ ਬੇਟਾ ਤੈਨੂੰ ਪਹਿਚਾਣਿਆ ਨਹੀਂ। ਕਹਿੰਦੇ ਨਹੀਂ, ਮੈਂ ਜਾਣਦੀ ਹਾਂ ਤੁਹਾਨੂੰ, ਤੁਸੀਂ ਇੱਧਰ ਆਓ, ਮਿਲੋ ਮੈਨੂੰ ਪਹਿਲਾਂ ਮਿਲੋ। ਮੈਂ ਉਧਰਲੇ ਪਾਸੇ ਹੋ ਕੇ ਉਹਨੂੰ ਪਹਿਚਾਣ ਦੀ ਕੋਸ਼ਿਸ਼ ਕੀਤੀ, ਮੇਰੇ ਦਿਮਾਗ 'ਚ ਐਵੇਂ ਕੋਈ ਪੁਰਾਣੀ ਗੱਲ ਯਾਦ ਆ ਗਈ ਵੀ ਕੋਈ ਕੁੜੀ ਕਿਤੇ ਸਰਵਿਸ ਕਰਦੇ ਆ, ਕਿਤੇ ਦਫ਼ਤਰ ਦੁਫ਼ਤਰ 'ਚ ਵੀ ਕੋਈ ਨਾਲ ਰਹੀ ਹੋਵੇ। ਮੇਰੇ ਦਿਮਾਗ 'ਚ ਆਈ, ਮੈਂ ਫਰੀਦਕੋਟ ਰਹਿੰਦਾ ਸੀ ਤਾਂ ਉਦੋਂ ਮੇਰੇ ਦਿਮਾਗ 'ਚ ਆਈ ਵੀ ਉੱਥੇ ਕੋਈ ਕੁੜੀ ਹੁੰਦੀ ਸੀ, ਉਹ ਮੇਰੇ ਦਿਮਾਗ 'ਚ ਆ ਗਈ ਉਦੋਂ ਵੀ ਉਹ ਹੋਣੀ ਕਿਤੇ ਇੱਥੇ ਆਈ ਹੋਣੀ ਕੋਈ ਰਿਸ਼ਤੇਦਾਰੀ 'ਚ, ਅਤੇ ਮੈਂ ਇਹਨੂੰ ਦਿਸ ਗਿਆ ਤੈਨੂੰ ਰੋਕ ਲਿਆਉਣਾ। ਅਤੇ ਮੈਂ ਕਿਹਾ ਬੇਟਾ ਮੈਂ ਤੈਨੂੰ ਪਹਿਚਾਣਿਆ ਨਹੀਂ। ਮੈਂ ਜਦੋਂ ਥੱਲੇ ਹੋ ਗਏ ਦੇਖਣ ਲੱਗਿਆ, ਉਹਨੇ ਬਾਰੀ ਖੋਲ੍ਹ ਕੇ ਅਤੇ ਮੈਨੂੰ ਜਿਹੜਾ ਹੈਗਾ ਅੰਦਰ ਨੂੰ ਖਿੱਚ ਲਿਆ ਕਾਰ ਦੇ। ਮੈਂ ਪਿੱਛੇ ਨੂੰ ਛੁਡਾ ਕੇ ਪਿੱਛੇ ਹੋ ਗਿਆ। ਮੈਂ ਕਿਹਾ ਮੈਂ ਤੈਨੂੰ ਪਹਿਚਾਣਿਆ ਹੀ ਨਹੀਂਗਾ। ਕਹਿੰਦੇ ਨੇ ਉਹ ਪਿਛਲੀ ਸੀਟ 'ਤੇ ਜਿਹੜਾ ਹੈਗਾ ਨਾ ਉਹ ਬੈਠੀ ਹੈ ਕੁੜੀ, ਬਾਹਰੋਂ ਆਈ ਹੈਗੀ ਹੈ, ਉਹਨੂੰ ਮਿਲੋ, ਭੈਣ ਨੂੰ ਮਿਲੋ। ਮੈਂ ਕਿਹਾ ਮੈਂ ਉਹਨੂੰ ਜਾਣਦਾ ਹੀ ਨਹੀਂ, ਮੈਂ ਪਿਛਲੇ ਪਾਸੇ ਹੋਇਆ ਪਿਛਲੀ ਵਾਰੀ ਦੇ ਨਾਲ ਕਰਕੇ ਥੱਲੇ ਹੋ ਗਿਆ, ਦੇਖਣ ਲੱਗਿਆ ਵੀ ਕੌਣ ਹੈ। ਉਦੋਂ ਨੂੰ ਉਹਨੇ ਬਾਰੀ ਖੋਲ੍ਹੀ ਅਤੇ ਮੈਨੂੰ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਗੱਡੀ ਦੇ ਅੰਦਰ ਖਿੱਚ ਲਈਏ। ਜਦੋਂ ਖਿੱਚਣ ਲੱਗੇ ਅੰਦਰ ਅਤੇ ਮੈਂ ਕਿਹਾ ਮੈਂ ਤੁਹਾਨੂੰ ਜਾਣਦਾ ਹੀ ਨਹੀਂ। ਉਦੋਂ ਨੂੰ ਉਹਦੇ ਹੱਥ 'ਚ ਪਾਣੀ ਦੀ ਬੋਤਲ ਸੀ, ਮੇਰੇ 'ਤੇ ਪਾਣੀ ਪਾਉਣ ਲੱਗੀ ਐਂ ਕਰਕੇ, ਇਹ ਹੱਥ ਮੇਰੇ ਅੱਗੇ ਸੀ। ਤੀਜੀ ਜਿਹੜੀ ਜਨਾਨੀ ਉਹਦੇ ਮਗਰ ਬੈਠੀ ਸੀ, ਉਹਨੇ ਫਟਾਫਟ ਮੇਰੇ ਹੱਥ 'ਚੋਂ ਐਂ ਖਿੱਚਿਆ ਕੜਾ ਅਤੇ ਮੇਰਾ ਕੜਾ ਕੱਢ ਲਿਆ। ਕੜਾ ਕੱਢ ਲਿਆ ਅਤੇ ਮੈਂ ਇੱਕਦਮ ਰੋਲਾ ਪਾਇਆ। ਮੈਂ ਕਿਹਾ ਲੁਟੇਰੇ ਆਏ ਤਾਂ ਲੁਟੇਰੇ ਫੌਜੀ ਸਾਹਿਬ ਭੇਜੋ, ਲੁਟੇਰੇ ਆ। ਉਦੋਂ ਨੂੰ ਬੋਤਲ ਉਹਨਾਂ ਦੀ ਜਿਹੜੀ ਪਾਣੀ ਸਿੜਦੇ ਮੇਰੇ ਸਿਰ 'ਤੇ ਸੀ, ਉਹ ਬੋਤਲ ਮੈਂ ਫੜ ਲਈ। ਬੋਤਲ ਤਾਂ ਮੈਂ ਫੜੀ ਖਿੱਚੀ ਮੇਰੇ ਵੱਲ ਨੂੰ ਅਤੇ ਉਹਨਾਂ ਨੇ ਗੱਡੀ ਇੱਕਦਮ ਭਜਾ ਕੇ ਉਹ ਨਿਕਲ ਗਏ, ਮੇਰਾ ਕੜਾ ਲਾ ਕੇ ਲੈ ਗਏ। ਮੈਂ ਫੌਜੀ ਸਾਹਿਬ ਨੂੰ ਕਿਹਾ ਮੇਰਾ ਕੜਾ ਲਾ ਕੇ ਲੈ ਗਏ। ਫੌਜੀ ਸਾਹਿਬ ਦੇ ਕੋਲ ਮੋਟਰਸਾਈਕਲ ਸੀ, ਇਹਨਾਂ ਨੇ ਫਟਾਫਟ ਕਿੱਕ ਮਾਰੀ, ਕਹਿੰਦੇ ਗੱਡੀ ਦਾ ਨੰਬਰ ਲਈਏ ਆਪਾਂ ਪਿੱਛੇ ਜਾ ਕੇ। ਮੈਂ ਮੇਰੇ ਮੋਟਰਸਾਈਕਲ ਦੀ ਜੇਬਾਂ 'ਚ ਹੱਥੂ ਤੁਹਾਰਿਆ ਚਾਬੀ ਵਾਸਤੇ, ਉਹ ਰੁਮਾਲ 'ਚ ਕਿਤੇ ਚਾਬੀ ਵੜ ਗਈ, ਮੈਨੂੰ ਇੱਕ ਮਿੰਟ ਲੱਗ ਗਿਆ ਚਾਬੀ ਕੱਢਦੇ ਕਰਦੇ। ਚਾਬੀ ਕੱਢ ਕੇ ਅਤੇ ਮੈਂ ਜਦੋਂ ਮੋਟਰਸਾਈਕਲ ਸਟਾਰਟ ਕੀਤਾ, ਉਦੋਂ ਨੂੰ ਇਹ ਤਾਂ ਜਾ ਚੁੱਕੇ ਸੀ, ਉਹ ਚੌਂਕ ਤੋਂ ਲੰਘੀ ਸੀ ਸੀਤੋ ਰੋਡ ਤੋਂ ਗੱਡੀ ਦਾ। ਮੈਂ ਫਿਰ ਉੱਥੋਂ ਜਦੋਂ ਨਿਕਲਿਆ, ਮੇਰੇ ਦਿਮਾਗ 'ਚ ਆਇਆ ਵੀ ਉਹਨੇ ਪਾਣੀ ਪੂਣੀ ਛਿੜਕਿਆ, ਕਿਤੇ ਮੈਂ ਬੇਹੋਸ਼ ਹੋ ਗਈ ਨਾ ਡਿੱਗ ਪਵਾਂ। ਮੈਂ ਉੱਥੋਂ ਮੋਟਰਸਾਈਕਲ ਲੈ ਕੇ ਅਤੇ ਉਹ ਮੁੰਡੇ ਕੋਲ ਚਲਾ ਗਿਆ ਘਰੇ, ਉਹਨੂੰ ਆਵਾਜ਼ ਮਾਰੀ, ਉਹ ਬਾਹਰ ਨਿਕਲਿਆ, ਕਹਿੰਦੇ ਕੀ ਗੱਲ ਹੋ ਗਈ। ਮੈਂ ਕਿਹਾ ਐਂ ਕਰਕੇ ਮੇਰੇ ਨਾਲ ਵਾਰਦਾਤ ਹੋ ਗਈ। ਫਿਰ ਉਸੇ ਮੋਟਰਸਾਈਕਲ 'ਤੇ ਮੁੰਡਾ ਮੇਰੇ ਨਾਲ ਬੈਠਿਆ, ਅੱਜ ਸੀਤੋ ਚੌਂਕ ਤੋਂ ਹੋ ਗਏ, ਮਾਰੂਤੀ ਵਰਕਸ਼ਾਪ ਹੈ ਉਸਦੇ ਅੱਗੋਂ ਹੋ ਕੇ ਪੁਲ ਦੇ ਕੋਲੋਂ ਦੀ ਹੋ ਕੇ ਗੇੜਾ ਦੇ ਕੇ, ਗੱਡੀ ਗੁੱਡੀ ਦਾ ਕੀ ਲੱਭਣੀ ਸਾਨੂੰ, ਉੱਧਰ ਦੀ ਗੇੜਾ ਦੇ ਕੇ ਅਸੀਂ ਵਾਪਸੀ ਆ ਗਏ। ਇਹ ਵਾਰਦਾਤ ਮੇਰੇ ਬਿਲਕੁਲ ਘਰ ਦੇ ਕੋਲ ਹੀ ਹੋਈ ਹੈ।
ਤਾਂ ਕਰਕੇ ਵੀ ਪਰਸਨਲ ਇੰਟਰਸਟ ਹੈ ਗੀਤਾਂਜਲੀ ਕਲੋਨੀ ਦੇ, ਕਿਉਂਕਿ ਮੇਰਾ ਛੋਟਾ ਬ੍ਰਦਰ ਜਿਹੜਾ ਪ੍ਰਧਾਨ ਹੈ। ਅਤੇ ਇਹ ਬੜੀ ਮਾੜੀ ਘਟਨਾ ਹੈ ਵੀ ਕਲੋਨੀ ਦੇ ਅੰਦਰ ਆ ਕੇ ਬੰਦਾ ਕੋਈ ਆ ਕੇ ਵਾਰਦਾਤ ਕਰਕੇ ਯਾਨੀ ਕਿ ਇਸ ਤਰ੍ਹਾਂ ਨਿਕਲ ਜਾਂਦਾ। ਅਸੀਂ ਅੱਗੇ ਵੀ ਬਹੁਤ ਵਾਰ ਬੇਨਤੀਆਂ ਨਗਰ ਨਿਗਮ ਨੂੰ ਵੀ ਪਾਈਆਂ ਸੀਗੀਆਂ ਕਿ ਬਈ ਅਸੀਂ ਕਲੋਨੀ ਆਪਦੀ ਬੰਦ ਕਰਨੀ ਚਾਹੁੰਦੇ ਹਾਂ ਅਤੇ ਲੋਕ ਜਿਹੜੇ ਹੈਗੇ ਆ ਉਹ ਇਸ ਨੂੰ ਕਰਦੇ ਨਹੀਂ ਹੈਗੇ। ਅਤੇ ਹੁਣ ਸ਼ਾਇਦ ਅਸੀਂ ਅੱਜ ਸ਼ਾਮ ਨੂੰ ਇੱਕ ਹੋਰ ਮੀਟਿੰਗ ਬੁਲਾਈ ਹੈ ਅਤੇ ਪ੍ਰਸ਼ਾਸਨ ਨੂੰ ਵੀ ਅਸੀਂ ਮੰਗ ਕਰਦੇ ਹਾਂ, ਪੁਲਿਸ ਜਿਵੇਂ ਇੱਥੇ ਹੁਣ ਦੇਣ ਜਾ ਰਹੇ ਹਾਂ ਕੰਪਲੇਂਟ, ਬਈ ਇੱਦਾਂ ਦੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ 'ਤੇ ਨਕੇਲ ਕੱਸੀ ਜਾਵੇ ਅਤੇ ਕੁਝ ਠੋਸ ਕਦਮ ਚੱਕਣੇ ਪੈਣੇ ਆ ਤਾਂ ਜਾ ਕੇ ਵਾਰਦਾਤਾਂ ਰੁਕਣਗੀਆਂ। ਅਦਰਵਾਈਜ਼ ਤਾਂ ਮਤਲਬ ਬਜ਼ੁਰਗ ਸੇਫ ਹੀ ਹੈ ਨਹੀਂ, ਸਾਨੂੰ ਤਾਂ ਅੱਜ ਇੰਨੀ ਟੈਨਸ਼ਨ ਹੋ ਗਈ ਵੀ ਬੱਚੇ ਰੋਜ਼ ਉੱਥੇ ਖੇਡਦੇ ਹੈਗੇ ਆ, ਕੱਲ੍ਹ ਨੂੰ ਕੋਈ ਬੱਚਾ ਚੱਕ ਕੇ ਲੈ ਜਾਏਗਾ ਤਾਂ ਅਸੀਂ ਕੀ ਕਰਾਂਗੇ। ਅਤੇ ਅਸੀਂ ਆਪਦੀ ਕਲੋਨੀ ਨੂੰ ਵੀ ਸੇਫ ਕਰਨੀ ਚਾਹੁੰਦੇ ਹਾਂ ਅਤੇ ਉਹਦੇ ਵਾਸਤੇ ਅਸੀਂ ਜਿਹੜੀ ਬੈਰੀਗੇਟਿੰਗ ਜਿਹੜੀ ਹੈ ਜਾਂ ਗਲੀਆਂ ਫਾਲਤੂ ਬੰਦ ਕਰਨੀ ਹੈ ਉਹ ਅਸੀਂ ਕਰਾਂਗੇ। ਅਤੇ ਵਾਰਦਾਤ ਕੀ ਸੀਗੀ ਇਹ ਵਾਰਦਾਤ? ਮਤਲਬ ਕੋਈ ਬਜ਼ੁਰਗ ਹੈਗੇ ਉਹ ਬੈਠੇ ਹੋਏ ਸੀਗੇ, ਸਾਡੀ ਕਲੋਨੀ ਦੇ ਮੈਂਬਰ ਹੈਗੇ ਉਹ ਵੀ, ਅਤੇ ਬੈਠੇ ਹੋਏ ਸੀਗੇ ਪ੍ਰੋਪਰਟੀ ਡੀਲਰ ਦੇ ਨਾਲ। ਅਤੇ ਕੋਈ ਕਾਰ ਆਉਂਦੀ ਹੈ, ਉਹ ਵਿੱਚ ਤਿੰਨ ਜਨਾਨੀਆਂ ਨੇ ਅਤੇ ਉਹ ਜਨਾਨੀ ਕਹਿੰਦੀ ਜੀ ਮੈਂ ਤੁਹਾਨੂੰ ਸ਼ਾਇਦ ਪਛਾਣਦੀ ਹਾਂ ਅਤੇ ਇੱਦਾਂ ਕਰਕੇ ਕੋਲ ਬੁਲਾ ਲਿਆ। ਉਹਨਾਂ ਦੇ ਹੱਥ 'ਚ ਸੋਨੇ ਦਾ ਕੜਾ ਪੜਾ ਸੀ, ਲਗਭਗ 2.5 ਤੋਲੇ ਦਾ ਉਹ ਸੋਨੇ ਦਾ ਕੜਾ ਹੈਗਾ। ਅਤੇ ਉਹ ਉਹਨਾਂ ਨੇ ਬੁਲਾਇਆ ਅਤੇ ਅੰਦਰ ਉਹ ਚਲੋ ਜਿਵੇਂ ਬਜ਼ੁਰਗ ਹੁੰਦੇ ਆ ਸਿਰ ਪਲੂਸਣ ਵਾਸਤੇ ਸ਼ਾਇਦ ਉਹਨਾਂ ਨੇ ਹੱਥ ਰੱਖਿਆ ਸੀਗਾ ਕਾਰ ਦੇ ਅੰਦਰ ਹੀ, ਅਤੇ ਉਹਨਾਂ ਨੇ ਉੱਥੇ ਦੀ ਉੱਥੇ ਹੀ ਸ਼ੀਸ਼ਾ ਯਾਨੀ ਕਿ ਉਹ ਖੋਲਿਆ, ਖੋ ਕੇ ਅਤੇ ਉਹ ਨਾਲ ਦੇ ਨਾਲ ਹੀ ਸਪੀਡ 'ਤੇ ਲੈ ਗਏ। ਯਾਨੀ ਕਿ 12:04 'ਤੇ ਅਸੀਂ ਕੈਮਰੇ 'ਚ ਚੈੱਕ ਕੀਤਾ, 12:04 'ਤੇ ਗੱਡੀ ਆਉਂਦੀ ਹੈ, 12:07:32 ਦੇ ਉੱਪਰ ਬਾਹਰ ਨਿਕਲ ਗਈ ਗੱਡੀ। ਮਤਲਬ ਇੰਨੀ ਘੱਟ ਟਾਈਮ ਦੇ ਅੰਦਰ ਉਹ ਐਕਟੀਵਿਟੀ ਕਰਕੇ ਚਲੇ ਗਏ, ਅਤੇ ਬੱਚਾ ਚੱਕਣਾ ਤਾਂ ਇਹਨਾਂ ਲਈ ਫਿਰ ਮੰਨ ਕੇ ਚਲੋ ਬੜਾ ਆਸਾਨ ਹੋਏਗਾ।